ਦਰਅਸਲ ਨਵੀਂ ਜ਼ਿਲ੍ਹਾ ਜੇਲ੍ਹ ਦੇ ਅੰਦਰ ਬੰਦ ਇੱਕ ਦੀਪਕ ਦੀਪੂ ਨਾਮ ਦੇ ਕੈਦੀ ਨੇ ਸਮੇਤ ਆਪਣੇ 4 ਸਾਥੀਆਂ ਮੋਬਾਈਲ ਤੋਂ ਇੱਕ ਨਿੱਜੀ ਆਨਲਾਈਨ ਚੈਨਲ ਨੂੰ ਫੋਨ ਕਰਕੇ ਜੇਲ੍ਹ ਪ੍ਰਬੰਧਨ ਦੀ ਭੋਲ ਖੋਲ੍ਹਣ ਦੇ ਦਾਅਵੇ ਕੀਤੇ ਅਤੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੇਲ੍ਹ ਦੇ ਅਧਿਕਾਰੀਆਂ ਨੇ ਜੇਲ੍ਹ ਵਿੱਚ ਮੋਬਾਈਲ ਇਸਤੇਮਾਲ ਕਰਨ ਦੀ ਛੂਟ ਦੇ ਨਾਮ ਉੱਤੇ 15,000 ਰੁਪਏ ਲਏ, ਪਰ ਹੁਣ ਉਹਨਾਂ ਦੇ ਮੋਬਾਈਲ ਖੋਲ੍ਹੇ ਗਏ ਹਨ ਅਤੇ ਉਹਨਾਂ ਨਾਲ ਮਾਰਕੁੱਟ ਕਰਕੇ ਉਹਨਾਂ ਨੂੰ ਬਾਹਰ ਖੁੱਲ੍ਹੇ ਵਿੱਚ ਛੱਡ ਦਿੱਤਾ ਜਾਂਦਾ ਹੈ। ਬੈਰਕਾਂ ਵਿੱਚ ਜਾਣ ਨਹੀਂ ਦਿੱਤਾ ਜਾਂਦਾ ਅਤੇ ਖਾਣ ਨੂੰ ਰੋਟੀ ਵੀ ਨਹੀਂ ਦਿੱਤੀ ਜਾ ਰਹੀ, ਕਿਉਂਕਿ ਜੇਲ੍ਹ ਅਧਿਕਾਰੀ ਹੁਣ 15,000 ਦੀ ਬਜਾਏ ਰਸੂਖਦਾਰ ਕੈਦੀਆਂ ਤੋਂ ਲਏ ਜਾਣ ਵਾਲੇ 40,000 ਰੁਪਏ ਪ੍ਰਤੀ ਮਹੀਨਾ ਦੀ ਨਜਾਇਜ਼ ਵਸੂਲੀ ਦੀ ਮੰਗ ਕਰ ਰਹੇ ਹਨ, ਪਰ ਉਹਨਾਂ ਦਾ ਸੌਦਾ 15,000 ਮਹੀਨਾ ਵਿੱਚ ਤੈਅ ਹੋਇਆ ਸੀ। ਗੱਲਬਾਤ ਦੌਰਾਨ ਕੈਦੀ ਦੀਪਕ ਦੀਪੂ ਨਿਵਾਸੀ ਪਟਿਆਲਾ ਜੋ NDPC ਐਕਟ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਨੇ ਚੈਨਲ ਨੂੰ ਕਿਹਾ ਕਿ ਉਹ ਤੇ ਉਸਦੇ 4 ਸਾਥੀਆਂ ਨੂੰ ਜੇ ਸਾਰੀਆਂ ਸੁਵਿਧਾਵਾਂ ਨਾ ਮਿਲੀਆਂ ਤਾਂ ਉਹ ਸਾਰੇ ਆਤਮ ਹੱਤਿਆ ਕਰ ਲੈਣਗੇ। ਗੱਲਬਾਤ ਵਿੱਚ ਹੀ ਕੈਦੀ ਦੀਪੂ ਕਹਿ ਰਿਹਾ ਹੈ ਕਿ ਜੇਲ੍ਹ ਅਧਿਕਾਰੀਆਂ ਦਾ ਤਬਾਦਲਾ ਕਰਵਾ ਦੇਣਗੇ। ਸਰ, ਮੈਂ ਨਿਊ ਨਾਪਾ ਜੀ ਤੋਂ ਬੋਲ ਰਿਹਾ ਜੀ। ਸਰ, ਅਸੀਂ ਨਾ 5 ਮੁੰਡੇ ਜੇਲ੍ਹ ਦੇ ਅੰਦਰ ਸੁਸਾਈਡ ਕਰਨ ਲੱਗੇ ਹਾਂ। ਕੀ ਗੱਲ ਜੀ? 5 ਮੁੰਡੇ ਅਸੀਂ ਸੁਸਾਈਡ ਕਰਨ ਲੱਗੇ ਹਾਂ। ਕਿਉਂ ਸਰ, ਕਿਉਂ ਇਦਾਂ ਕਿਉਂ ਕਰਨ ਲੱਗੇ? ਸਰ, ਸਾਡੇ ਨਾਲ ਧੱਕਾ ਹੋਇਆ ਜੀ, ਸਾਡੇ ਤੋਂ ਪੈਸੇ ਦਿੱਤੇ ਗਏ, ਮਤਲਬ ਫੋਨਾਂ ਵਾਸਤੇ ਵੀ ਫੋਨ ਚਲਾਉਣ ਦੀ ਪਰਮਿਸ਼ਨ ਨੇ, ਉਹਦੇ ਫੋਨ ਚਲਾਉਣ ਦੀ ਪਰਮਿਸ਼ਨ ਤੇ ਪੈਸੇ ਲੈਣੇ ਆ ਇਹ। ਅੱਛਾ ਜੀ। ਜ਼ਿਲ੍ਹਾ ਦੇ ਨਿਊ ਸਿੱਪੀ ਸਾਹਿਬ ਕੁੰਨਰ ਸਾਹਿਬ। ਅੱਛਾ ਜੀ। ਤੇ ਰਮਦੀਪ ਭੰਗੂ ਜੀ। ਠੀਕ ਹੈ ਜੀ। ਸਾਡੇ ਤੋਂ ਪੈਸੇ ਲਏ ਗਏ ਜੀ, ਅਸੀਂ 2 ਵਗੈਰਾ ਦੇ ਚੁੱਕੇ। ਅੱਜ ਆ ਕੇ ਸਾਡਾ ਫੋਨ ਫੜ ਲਿਆ, ਫੋਨ ਫੜਨ ਤੋਂ ਬਾਅਦ ਸਾਨੂੰ ਕੁੱਟਿਆ ਵੀ ਜੀ, ਠੀਕ ਹੈ, ਮਾਰ ਕੁੱਟ ਕਰੀ, ਸਾਡੇ ਸਿਮ ਵੀ ਇਹਨਾਂ ਕੋਲ ਨੇ, ਫੋਨ ਵੀ ਹੈਗੇ ਇਹਨਾਂ ਕੋਲੇ, ਤੇ ਸਾਡੇ ਨਾਲ ਹਲੇ ਵੀ ਉਹਨਾਂ ਨੂੰ ਧੱਕਾ ਕਰ ਰਹੇ ਨੇ ਜੀ। ਥੋਤੋਂ 1.5 ਤੋਂ ਫੋਨ ਚੱਲਦਾ ਜੀ। ਮਤਲਬ ਜਿਹੜੇ ਅੰਦਰ ਕੈਦੀ ਨੇ ਜਿੰਨੇ ਵੀ ਹੈਗੇ ਆ, ਉਹਨਾਂ ਤੋਂ ਇਹ ਮਤਲਬ ਪੈਸੇ ਲੈਂਦੇ ਆ ਕਿ ਤੁਸੀਂ ਫੋਨ ਰੱਖ ਸਕਦੇ ਹੋ? ਹਾਂਜੀ ਸਰ, ਪੈਸੇ ਲੈ ਕੇ ਫੋਨ ਕਰਵਾਉਂਦੇ ਆ ਜੀ ਸਾਡੇ ਤੋਂ। ਅੱਛਾ ਜੀ, ਕਿੰਨੇ ਪੈਸੇ ਲੈਂਦੇ ਆ ਫੋਨ ਦੇ? 15,000 ਰੁਪਏ। 15,000 ਰੁਪਇਆ ਕਿੰਨੇ ਟਾਈਮ ਦਾ ਲੈਂਦੇ ਆ ਇਹ? ਮਹੀਨੇ ਦਾ ਜੀ। ਮਹੀਨੇ ਦਾ 15,000 ਰੁਪਇਆ? ਤੁਸੀਂ ਫਿਰ ਇਹ ਮਤਲਬ ਕੁਛ ਨੀ ਕਹਿੰਦੇ ਉਹਨੂੰ, ਫੋਨ ਅਸੀਂ ਫੋਨ ਰੱਖ ਲਓ ਸਰ? ਹਾਂਜੀ, ਇਹ ਸਾਰੀ ਸਰ ਮਿਲੀ ਭੁਗਤ ਹੁੰਦੀ ਹੈ ਜੀ ਇਹਨਾਂ ਦੀ ਸਾਰੀ। ਅੱਜ ਪਤਾ ਨੀ ਸਰ ਕੀ ਹੋਇਆ ਕੀ ਨਹੀਂ, ਜਾ ਕੇ ਸਾਡੇ ਤੋਂ ਆਏ ਤੇ ਆ ਕੇ ਸਾਡੇ ਫੋਨ ਖੋਲੇ ਜੀ, ਸਾਡਾ ਕੁੱਟਮਾਰ ਕਰਨੀ ਸ਼ੁਰੂ ਕਰਤੀ। ਤੁਹਾਡਾ ਨਾਮ ਕੀ ਹੈ ਜੀ? ਸਰ, ਮੇਰਾ ਨਾਮ ਦੀਪਕ ਹੈ। ਦੀਪਕ ਜੀ, ਕਿਹੜੀ ਜਗ੍ਹਾ ਤੋਂ? ਮੈਂ ਨਾਭਾ ਨਵੀਂ ਜੇਲ੍ਹ ਜੀ। ਨਹੀਂ, ਤੁਸੀਂ ਹੈ ਕਿੱਥੋਂ ਦੇ ਰਹਿਣ ਵਾਲੇ? ਹੁਣ ਪਟਿਆਲੇ ਤੋਂ। ਠੀਕ ਹੈ, ਪਿੰਡ ਕਿਹੜਾ ਜੀ? ਖਾਸ ਆ? ਖਾਸ ਤ੍ਰਿਪੜੀ ਏਰੀਆ ਜੀ। ਅੱਛਾ ਜੀ, ਠੀਕ ਹੈ ਜੀ। ਤੇ ਇਹ 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 ਸੁਸਾਈਡ ਦਾ ਕੋਈ ਹੱਲ ਨਹੀਂ ਹੈਗਾ ਵੀਰ ਜੀ? ਜੀ, ਪਰ ਇਹ ਸੁਸਾਈਡ ਦਾ ਜਿਹੜਾ ਹੈਗਾ ਨਾ, ਤੁਸੀਂ ਸੁਸਾਈਡ ਦਾ, ਤੁਸੀਂ ਆਬਾਦੀ, ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚੀ ਆ, ਠੀਕ ਹੈ, ਅਸੀਂ ਇਹਨੂੰ ਲੋਕਾਂ ਤੱਕ ਨਜ਼ਰ ਕਰਾਂਗੇ, ਠੀਕ ਹੈ ਜੀ। ਪਰ ਇਹ ਨਹੀਂ ਹੈਗਾ ਕਿ ਤੁਸੀਂ ਬੰਦਾ ਸੁਸਾਈਡ ਕਰ ਲਵੇ ਤਾਂ ਇਹ ਤਾਂ ਕੋਈ ਹੱਲ ਨਹੀਂ ਹੈਗਾ ਨਾ। ਇਹ ਕਿਹੜੇ ਮੁਲਾਜ਼ਮ ਕਿਹੜੇ ਕਿਹੜੇ ਕਹਿ ਰਹੇ ਹੋ ਤੁਸੀਂ ਇਹਦੇ ਵਿੱਚ, ਜਿਹੜੇ ਜਿਹੜੇ ਮੁਲਾਜ਼ਮ ਤੁਹਾਨੂੰ ਤੰਗ ਕਰਦੇ ਆ ਜਾਂ ਜਿਹੜੇ ਪੈਸੇ ਲੈਂਦੇ ਆ? ਰਮਦੀਪ ਭੰਗੂ ਹੈ ਜੀ। ਇਹ ਕੀ ਨੇ ਜੀ? ਸਿੱਪੀ ਸੁਪਰਡੈਂਟੀ। ਠੀਕ ਹੈ ਜੀ, ਹੋਰ ਜੀ? ਸੁਪਰਡੈਂਟ ਹੈ ਜੀ। ਠੀਕ ਹੈ ਜੀ। ਕੁੱਲਰ ਸਾਹਿਬ ਦਾ ਨਾਮ ਪੂਰਾ ਕੀ ਸੀਗਾ? ਬਲਕਾਰ ਸਿੰਘ ਕੁੱਲਰ ਜੀ। ਠੀਕ ਹੈ ਜੀ। ਠੀਕ ਹੈ ਜੀ, ਇੱਕ ਹੈ ਜੀ ਮੁਹੰਮਦ ਸ਼ਰੀਫ। ਠੀਕ ਹੈ ਜੀ, ਇਹ ਕੀ ਨੇ ਜੀ? ਇੱਕ ਉਹਨਾਂ ਦਾ ਵੈਸੇ ਗਨਮੈਨ ਹੈ ਜੀ, ਸਲਾਮੁਦੀਨ ਜੀ। ਠੀਕ ਹੈ ਜੀ, ਇਹ ਸਾਰੇ ਕੈਦੀਆਂ ਤੋਂ ਹੀ ਪੈਸਾ ਲੈਂਦੇ ਆ? ਸਾਰੇ ਪੈਸੇ ਲੈਂਦੇ ਜੀ ਕੈਦੀਆਂ ਤੋਂ। ਠੀਕ ਹੈ ਜੀ। ਸਰ, ਇੱਕ ਹੋਰ, ਮੈਂ ਕਹਿੰਦਾ ਮੀਡੀਆ ਅੰਦਰ ਆਉਂਦਾ ਜੀ, ਮੂੰਹ ਤੇ ਕਹਿਣ ਨੂੰ ਤਿਆਰ ਹੈ ਵੀ ਇਹਨਾਂ ਦੇ ਸਾਹਮਣੇ ਵੀ ਸਾਡੇ ਤੋਂ ਪੈਸੇ ਲੈਂਦੇ ਆ, ਵੀ ਸਾਡੇ ਤੋਂ ਪੈਸੇ ਹਾਲ ਤੱਕ ਵੀ ਲੈਂਦੇ ਰਹੇ ਨੇ। ਠੀਕ ਹੈ ਜੀ, ਹੁਣ ਤੁਹਾਨੂੰ ਕੀ ਕੁੱਟਮਾਰ ਕੀਤੀ ਹੈ ਤੁਹਾਡੇ ਨਾਲ? ਸਰ, ਸਾਡੀਆਂ ਪੂਰੀਆਂ ਪੱਕੀਆਂ ਸਜ਼ਾ ਰੱਖੀਆਂ ਜੀ, ਲੱਤਾਂ ਸਾਡੀਆਂ ਤੋੜੀਆਂ ਜੀ, ਮਤਲਬ ਲਟਾ ਕੇ ਡੰਡੇ ਮਾਰੇ ਹੋਏ ਜੀ, ਟੂੰਡੇ ਮਾਰੇ ਹੋਏ, ਲੱਤਾਂ ਦੇ ਮਾਰੇ ਤਲੀਆਂ ਤੇ ਜੀ। ਕਾਰਨ ਨੀ ਦੱਸ ਰਹੇ ਤੁਹਾਨੂੰ?
ਕਾਰਨ ਨਹੀਂ ਦੱਸ ਰਹੇ ਤੁਸੀਂ ਕਹਿ ਰਹੇ ਹੋ ਵੀ ਪੈਸੇ ਦਿੱਤੇ ਅਸੀਂ ਤਾਂ ਤੁਹਾਨੂੰ ਕਾਰਨ ਨਹੀਂ ਦੱਸ ਰਹੇ ਪਰ ਇਸ ਮਾਮਲੇ ਉੱਤੇ ਨਵੀਂ ਜ਼ਿਲ੍ਹਾ ਜੇਲ੍ਹ ਸੁਪਰਡੈਂਟ ਬਲਕਾਰ ਸਿੰਘ ਨੇ ਦੱਸਿਆ ਕਿ ਦੀਪਕ ਦੀਪੂ ਨਾਮ ਦਾ ਕੈਦੀ NDPC ਐਕਟ ਤਹਿਤ 10 ਸਾਲ ਦੀ ਸਜ਼ਾ ਘੱਟ ਰਿਹਾ ਤੇ ਜਿਸ ਦਾ ਇਹ ਡਰਾਮਾ ਨੰਬਰ 2 ਹੈ। ਕੁਝ ਦਿਨ ਪਹਿਲਾਂ ਉਹ ਜੇਲ੍ਹ ਵਿੱਚ ਆਪਣੀ ਮਨਮਰਜ਼ੀ ਚਲਾਣ ਨੂੰ ਲੈ ਕੇ ਜੇਲ੍ਹ ਦੀ ਛੱਤ ਤੇ ਚੜ ਗਿਆ ਸੀ ਅਤੇ ਉਸ ਨੂੰ ਹੇਠਾਂ ਉਤਾਰ ਲਿਆ ਗਿਆ ਸੀ ਅਤੇ ਉਸਦੇ ਖਿਲਾਫ ਥਾਣਾ ਸਦਰ ਵਿੱਚ ਮਾਮਲਾ ਦਰਜ ਕਰਵਾਇਆ ਗਿਆ। ਤਾਜ਼ਾ ਮਾਮਲੇ ਮੁਤਾਬਕ ਉਸਦੇ ਜੇਲ੍ਹ ਦੇ ਅੰਦਰ ਹੀ ਨਜ਼ਦੀਕੀ ਸਾਥੀ ਕਾਤੀਆ ਦੀ ਕੱਲ੍ਹ ਸੰਗਰੂਰ ਕੋਰਟ ਵਿੱਚ ਪੇਸ਼ੀ ਸੀ, ਲੇਕਿਨ ਕੱਲ੍ਹ ਪੇਸ਼ੀ ਉੱਤੇ ਜਾਣ ਤੋਂ ਪਹਿਲਾਂ ਹੀ ਹੋਈ ਤਲਾਸ਼ੀ ਵਿੱਚ ਇੱਕ ਸਮਾਰਟਫੋਨ ਉਹਨਾਂ ਦੇ ਕੋਲੋਂ ਬਰਾਮਦ ਹੋਇਆ ਸੀ, ਜਿਸ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਜੇਲ੍ਹ ਵਿੱਚ ਮਨਮਾਨੀ ਚਲਾਉਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਡਰਾਮਾ ਨੰਬਰ 2 ਰਚਿਆ ਗਿਆ ਹੈ। ਇੱਕ ਸ਼ਰਾਰਤੀ ਕਿਸਮ ਦਾ ਕੈਦੀ ਆ, ਇਹਨੇ ਪਿੱਛੇ ਇਹਦੀ ਇਹਦੇ ਸੈਕਿੰਡ ਡਰਾਮਾ ਇਹਦਾ, ਇਹਨੇ ਪਹਿਲਾਂ ਵੀ ਇੱਕ ਡਰਾਮਾ ਕੀਤਾ ਸੀ, ਇਹ ਛੱਤ ਦੇ ਉੱਤੇ ਚੜ ਗਿਆ ਸੀ, ਮੈਂ ਰੌਲਾ ਪਾ ਤਾ ਮੈਂ ਮਰ ਜਾਣਾ, ਲੇਕਿਨ ਉਦੋਂ ਵੀ ਇਹਦਾ ਡਰਾਮਾ ਝੂਠਾ ਨਿਕਲਿਆ, ਫਿਰ ਇਹਨੂੰ ਥੱਲੇ ਲਾ ਲਿਆ ਗਿਆ ਸੀ। ਹੁਣ ਇਹਨੇ ਸੈਕਿੰਡਲੀ ਇਹਦੇ ਕੱਲ੍ਹ ਅਸੀਂ ਇੱਕ ਇਹਦੇ ਰੋਟੀ ਵਾਲ ਮੁਲਜ਼ਮ ਕੋਲੋਂ ਕਾਤੀਆ ਨਾਂ ਦੇ ਬੰਦੇ ਕੋਲੋਂ ਮੋਬਾਇਲ ਰਿਕਵਰ ਕੀਤਾ ਦੌਰਾਨੇ ਤਲਾਸ਼ੀ। ਉਹਨੇ ਇਸ ਚੀਜ਼ ਦਾ ਗਰੰਬਲ ਕੀਤਾ ਵੀ ਇਹ ਮੋਬਾਇਲ ਸਾਡਾ ਰਿਕਵਰ ਕੀਤਾ, ਉਹਨੂੰ ਅਸੀਂ ਜਿਹੜਾ ਕਿ ਉੱਤੇ ਕੇਸ ਰਜਿਸਟਰ ਕਰਾਉਣ ਵਾਸਤੇ ਲਿਖਿਆ। ਇਹਨਾਂ ਨੂੰ ਇਹ ਇਸ ਚੀਜ਼ ਦਾ ਪਾਲਾ ਪੈ ਗਿਆ ਵੀ ਸਾਡੇ ਇੱਥੋਂ ਇਹ ਚਲਾਨ ਭੇਜਣਗੇ, ਸਾਡੀ ਜੇਲ੍ਹ ਬਦਲੀ ਕਰਨਗੇ। ਸੋ ਇਹਨਾਂ ਨੇ ਇਮੀਡੀਏਟਲੀ ਕੁਝ ਬੰਦੀਆਂ ਸ਼ਰਾਰਤੀਆਂ ਦੇ ਕਹਿਣ 'ਤੇ ਇਹ ਡਰਾਮਾ ਰਚ ਕੇ ਅਤੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਵੀ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਬਦਨਾਮ ਕੀਤਾ ਜਾਵੇ ਤਾਂ ਕਿ ਸਾਡੇ 'ਤੇ ਸਖਤੀ ਨਾ ਕਰ ਸਕਣ। ਕਿਹੜੇ ਮਾਮਲੇ 'ਚ ਬੰਦ ਇਹ ਬੰਦਾ 10 ਸਾਲ ਕੈਦ NDPS ਐਕਟ ਦੇ ਵਿੱਚ ਕੱਟ ਰਿਹਾ ਜੀ? ਦੇਖ ਰਹੇ ਹੋ ਪਟਿਆਲਾ TV, ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ TV।